ਚੈਨਲ ਇੰਡੀਆ ਕ੍ਰਾਈਮ ਨਿਊਜ਼ ਵਿਖੇ ਸਹਿਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਰਿੰਕੂ ਰਾਜਾ, ਮੇਰੇ ਨਾਲ ਮੀਡੀਆ ਇੰਚਾਰਜ ਮੈਡਮ ਨਰਿੰਦਰ ਕੌਰ ਪਰਿਵਾਰ। ਜਿਵੇਂ ਕਿ ਅੱਜ ਅਸੀਂ ਸਵੇਰੇ 7 ਵਜੇ ਤੋਂ ਸਾਡੀ ਟੀਮ ਬਿਲਕੁਲ ਬਟਾਲਾ ਦੇ ਇਲਾਕਿਆਂ ਵਿੱਚ ਘੁੰਮ ਰਹੀ ਹੈ, ਵੱਖ ਵੱਖ ਜਗ੍ਹਾ ਦਾ ਅਸੀਂ ਦੌਰਾ ਕਰ ਰਹੇ ਹਾਂ ਕਿ ਕੋਰੋਨਾ ਵਾਇਰਸ ਬਾਰੇ ਅਸੀਂ ਕਿੰਨਾ ਕੁ ਜਾਗਰੂਕ ਹਾਂ, ਕੀ ਕੁਝ ਮਾਹੌਲ ਹੈ, ਸਰਕਾਰ ਵੱਲੋਂ ਕੀ ਕੁਝ ਕੀਤਾ ਜਾ ਰਿਹਾ। ਇੱਕ ਬੜੀ ਵਧੀਆ ਅਤੇ ਬੜੀ ਅੱਛੀ ਖਬਰ ਜਿਹੜੀ ਅਸੀਂ ਤੁਹਾਨੂੰ ਨਸ਼ਰ ਕਰ ਰਹੇ ਹਾਂ ਕਿ ਪੁਲਿਸ ਜ਼ਿਲ੍ਹਾ ਬਟਾਲਾ ਦੀ ਅੱਜ ਸਮੁੱਚੀ ਟੀਮ, ਜਿਹਦੇ ਵਿੱਚ SSP ਬਟਾਲਾ ਸਰਦਾਰ ਭੁਪਿੰਦਰਜੀਤ ਸਿੰਘ ਘੁੰਮਣ, �ST ਸਰਦਾਰ ਸੂਬਾ ਸਿੰਘ ਜੀ, ਜਸਬੀਰ ਸਿੰਘ ਜੀ ਰਾਏ, ਹੋਰ ਆਲਾ ਅਧਿਕਾਰੀ ਅਤੇ ਪੁਲਿਸ ਕਰਮਚਾਰੀ ਮੌਜੂਦ ਸਨ। ਅਸੀਂ ਮੌਜੂਦ ਹਾਂ ਜੀ ਗੁਰਦੁਆਰਾ ਸਾਹਿਬ ਜਿਹੜਾ ਕਿ ਪੁਲਿਸ ਲਾਈਨ ਰੋਡ ਪੁਲਿਸ ਲਾਈਨ 'ਚ ਸਥਿਤ ਹੈ। ਉੱਥੇ ਸਾਰੇ ਮੁਲਾਜ਼ਮ, ਸਾਰੇ ਆਲਾ ਅਧਿਕਾਰੀ ਪਹੁੰਚੇ ਸਨ। ਇੱਕ ਬਕਾਇਦਾ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ, ਉਸ ਤੋਂ ਬਾਅਦ ਇੱਕ ਅਰਦਾਸ ਬੜੀ ਪਿਆਰੀ ਕੀਤੀ ਗਈ ਆਪਣੀ ਇਸ ਪੁਲਿਸ ਪ੍ਰਸ਼ਾਸਨ ਬਾਰੇ ਔਰ ਸਰਬੱਤ ਦੇ ਭਲੇ ਵਾਸਤੇ ਕਿ ਜਿਹੜੀ ਕੋਰੋਨਾ ਨਾਂ ਦੀ ਬਿਮਾਰੀ ਹੈ ਜਿਹਦਾ ਸਾਹਮਣਾ ਪੂਰੀ ਦੁਨੀਆ ਕਰ ਰਹੀ ਹੈ, ਮਹਾਂਮਾਰੀ ਦੇ ਤੌਰ 'ਤੇ ਫੈਲ ਰਹੀ ਹੈ, ਉਹ ਤੋਂ ਨਜ਼ਾਤ ਮਿਲੇ, ਬੜੀ ਵਧੀਆ ਇੱਕ ਉਪਰਾਲਾ ਪੰਜਾਬ ਪੁਲਿਸ ਵੱਲੋਂ ਵੇਖਣ ਨੂੰ ਮਿਲਿਆ। ਉਸ ਤੋਂ ਬਾਅਦ ਸਾਡੀ ਗੱਲਬਾਤ ਹੋਈ ਹੈ ਪੁਲਿਸ ਦੇ ਆਲਾ ਅਧਿਕਾਰੀਆਂ ਨਾਲ, ਉਹਨਾਂ ਵੀ ਕਿਹਾ ਕਿ ਪੰਜਾਬ ਪੁਲਿਸ, ਕਿਉਂਕਿ ਲੋਕ ਜਿਹੜੇ ਆ ਕੱਲ੍ਹ ਜਨਤਾ ਕਰਫਿਊ ਲੱਗ ਜਾਣਾ ਹੈ, ਲੋਕਾਂ ਨੇ ਘਰਾਂ ਵਿੱਚ ਬਿਲਕੁਲ ਸੇਫ ਹੋਣਾ ਹੈ, ਪਰ ਸਾਡੀ ਪੰਜਾਬ ਪੁਲਿਸ ਦੀ ਟੀਮ ਦਿਨ ਰਾਤ ਲੋਕਾਂ ਦੀ ਸੇਵਾ 'ਚ ਮੌਜੂਦ ਰਹੇਗੀ। ਜੇ ਕੋਈ ਮਰੀਜ਼ ਮਿਲਦਾ ਹੈ ਉੱਥੇ ਵੀ ਜਾਣਾ ਪੈ ਸਕਦਾ ਹੈ, ਹੋਰ ਪੰਜਾਬ ਪੁਲਿਸ ਦੀ ਟੀਮ ਜਿਹੜੀ ਹੈ ਉਹ ਗਰਾਊਂਡ ਲੈਵਲ 'ਤੇ ਸਾਰੇ ਕੰਮ ਕਰੇਗੀ। ਇਸ ਕਰਕੇ ਅਸੀਂ ਆਪਣੀ ਇਸ ਪੰਜਾਬ ਪੁਲਿਸ ਦੇ ਨੌਜਵਾਨਾਂ ਬਾਰੇ, ਇਸ ਪੰਜਾਬ ਪੁਲਿਸ ਬਾਰੇ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਕਿ ਕੋਰੋਨਾ ਨਾਂ ਦੀ ਜਿਹੜੀ ਬਿਮਾਰੀ ਹੈ ਇਸ ਤੋਂ ਬਚਾਅ ਹੋ ਸਕੇ। ਬਾਕੀ ਉਹਨਾਂ ਇਹ ਕਿਹਾ ਹੈ ਕਿ ਜੋ ਸਰਕਾਰ ਨੇ ਤੁਹਾਨੂੰ ਇਸ ਸੂਚਨਾਵਾਂ ਦਿੱਤੀਆਂ ਗਈਆਂ, ਜੋ ਕਿਹਾ ਗਿਆ ਹੈ ਉਹਨਾਂ 'ਤੇ ਅਮਲ ਕਰਨਾ ਚਾਹੀਦਾ ਹੈ। ਕਿਤੇ ਨਾ ਕਿਤੇ ਅਰਦਾਸ ਵੀ ਬੜੀ ਕੀਮਤੀ ਹੈ, ਇਸ ਕਰਕੇ ਅੱਜ ਇਹ ਜਿਹੜੇ ਪਾਠ ਕਰਵਾਏ ਗਏ ਹਨ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਮੰਗੀ ਗਈ ਹੈ। ਵੇਖਦੇ ਰਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼। ਗੁਰ ਪੂਰੇ ਕਰਨੀ ਲਾਇਆ ਜਹ ਜਾਈਐ ਤਹਾਂ ਸੁਹੇਲੇ, ਗੁਰ ਪੂਰੇ ਕਰਨੀ ਲਾਇਆ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਹਰ ਗੁਣ ਗਾਵੋ ਸਦਾ ਸੋ ਭਾਈ ਆਓ, ਨਾਰਾਇਣ ਪ੍ਰਾਣ ਕਰੇ ਨਾਰਾ ਭਗਤ ਪੁਨੀ ਵਾਲਾ, ਹਰ ਦਿਨ ਰਹਿਣ ਕੀਰਤਨ ਗਾਈਐ ਬਹੁੜ ਪਾਤਸ਼ਾਹ ਜੀ ਆਪਣੀ ਕਿਰਪਾ ਕੀਤੀ। ਸ੍ਰੀ ਸੁਖਮਨੀ ਸਾਹਿਬ ਦੇ ਜਾਪ ਨਿਰਗੰਤਾ ਸਾਹਿਬ ਸਪੂਰਨ ਵਿੱਚ ਪਾਤਸ਼ਾਹ ਜੀ ਗੁਰਬਾਣੀ ਦਾ ਫਲਾ ਦੇ ਸਮੂਹ ਅਸਲ ਸਮਾਨਾ ਸਮੂਹ ਮੁਲਾਜ਼ਮਾਂ ਨੂੰ ਅਰਪਣ ਕਰਨਾ, ਸਭ ਦੇ ਸਿਰ 'ਤੇ ਆਪਣਾ ਮੇਰਾ ਰੂਪੀ ਹੱਥ ਰੱਖ ਰਿਹਾ ਕੋਰੋਨਾ ਵਾਇਰਸ ਤੋਂ ਬਚਾਉਣਾ, ਅੱਜ ਪਾਤਸ਼ਾਹ ਜੀ ਉਹ ਸਮੂਹ ਮੁਲਾਜ਼ਮਾਂ ਦੇ ਸਿਰ 'ਤੇ ਆਪਣਾ ਮੇਰਾ ਰੂਪੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਟਾਲਾ ਪੁਲਿਸ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਕਿ ਕਰਵਾਇਆ ਗਿਆ, ਉਹ ਪਾਠ ਕਰਵਾਉਣ ਦਾ ਇਹ ਮਕਸਦ ਹੈ ਕਿ ਸਾਡੇ ਜਿਹੜੇ ਮੁਲਾਜ਼ਮ ਨੇ ਇਹਨਾਂ ਨੇ ਲਗਾਤਾਰ ਡਿਊਟੀ ਕਰਨੀ, ਲਗਾਤਾਰ ਇਹਨਾਂ ਨੇ ਅੱਗੇ ਅੱਗੇ ਡਿਊਟੀਆਂ ਵੱਧਦੀਆਂ ਜਾਣੀਆਂ ਇਹਨਾਂ ਦੀਆਂ। ਜਿਵੇਂ ਕਿ ਲੋਕਾਂ ਵਾਸਤੇ, ਪਬਲਿਕ ਵਾਸਤੇ ਤਾਂ ਜਨਤਾ ਕਰਫਿਊ ਜਿਹੜਾ ਲੱਗ ਜਾਣਾ 22 ਨੂੰ, ਪਰ ਸਾਡੇ ਵਾਸਤੇ ਅਸੀਂ ਉਹਨਾਂ ਦੀਆਂ ਡਿਊਟੀਆਂ, ਕਿਤੇ ਪ੍ਰੋਬਲਮ ਆਉਂਦੀ, ਕਿਤੇ ਕੋਈ ਮਰੀਜ਼ ਮਿਲਦਾ ਉੱਥੇ ਵੀ ਸਾਡੇ ਮੁਲਾਜ਼ਮਾਂ ਨੇ ਜਾਣਾ। ਇਸ ਕਰਕੇ ਅਸੀਂ ਉਸ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਕਿ ਜਿਹੜਾ ਵੀ ਸਾਡਾ ਮੁਲਾਜ਼ਮ ਉਸ ਮਰੀਜ਼ ਨੂੰ ਦੇਖਭਾਲ ਵਾਸਤੇ ਜਾਂ ਉਹਦੀ ਸਿਕਿਉਰਿਟੀ ਵਾਸਤੇ ਜਾਂ ਪਬਲਿਕ ਨੂੰ ਅਵੇਅਰ ਕਰਨ ਵਾਸਤੇ ਜੇਕਰ ਕੋਈ ਜਾਂਦਾ ਤਾਂ ਉਹਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ, ਉਹ ਵਧੀਆ ਤਰੀਕੇ ਨਾਲ ਤਨਦੇਹੀ ਨਾਲ ਡਿਊਟੀ ਉਹਦੀ ਜਿਹੜੀ ਖਤਮ ਹੋਵੇ। ਇਹੀ ਅਸੀਂ ਅਰਦਾਸ ਗੁਰੂ ਮਹਾਰਾਜ ਅੱਗੇ ਕੀਤੀ। ਵਾਹਿਗੁਰੂ ਅੱਗੇ ਇਹ ਅਰਦਾਸ ਕਰਦਾ ਕਿ ਜਿਹੜਾ ਸਾਡੇ ਵਸਨੀਕ ਨੇ, ਪਬਲਿਕ ਹੈ, ਜਿਹੜੇ ਸਾਡੇ ਲੋਕ ਨੇ ਸਾਰੇ ਪੂਰੇ ਬਟਾਲਾ ਨਿਵਾਸੀ, ਪੰਜਾਬ ਇੰਡੀਆ ਨਿਵਾਸੀ ਜਾਂ ਵਿਦੇਸ਼ 'ਚ ਰਹਿੰਦੇ ਨਿਵਾਸੀ,
ਜਿੱਥੇ ਬਹੁਤ ਜ਼ਿਆਦਾ ਕੈਜੁਅਲਟੀਆਂ ਹੋਈਆਂ। ਮੈਂ ਵੀ ਉਹਦੇ ਅੱਗੇ ਬਾਬਾ ਜੀ ਅੱਗੇ ਅਰਦਾਸ ਕਰਦਾ ਕਿ ਉਹਨਾਂ ਨੂੰ ਵੀ ਵਾਹਿਗੁਰੂ ਕਿਰਪਾ ਕਰੇ, ਠੀਕ ਠਾਕ ਕਰੇ ਸਾਰਿਆਂ ਨੂੰ, ਕਿਸੇ ਨੂੰ ਇਸ ਤਰ੍ਹਾਂ ਦੀ ਜਿਹੜੀ ਨਾਮਰਾਤ ਬਿਮਾਰੀ ਇਹਦੀ ਕਿਸੇ ਨੂੰ ਲਪੇਟ 'ਚ ਨਾ ਆਵੇ, ਇਸ ਕਰਕੇ ਵੀ ਅਸੀਂ ਉਸ ਅਕਾਲ ਪੁਰਖ ਅੱਗੇ ਅਰਦਾਸ ਕੀਤੀ। ਇੰਡੀਆ ਕ੍ਰਾਈਮ ਨਿਊਜ਼।